ਕੱਖ ਨਹੀਂ ਸੀ ਸਵਾਏ ਸੀ ਐਲ ਯੂਆਂ ਦੇ ਐਲ ਡੀ ਪੀਆਂ ਦੇ ਇਸ ਡਿਪਾਰਟਮੈਂਟ 'ਚ ਕੁਛ ਨਹੀਂ ਸੀ ਹੁੰਦਾ ਠੀਕ ਹੈ ਪੰਜ ਪੈਸੇ ਨਹੀਂ ਸੀ ਡਿਪਾਰਟਮੈਂਟ ਕੋਲ ਸਿਰਫ ਤਨਖਾਹਾਂ ਹੀ ਦਿੱਤੀਆਂ ਨਾ ਕਿਸੇ ਨੇ ਪਿਛਲੇ 25-30-40 ਸਾਲਾਂ ਦੇ ਵਿੱਚ ਵਿਜ਼ਨ ਦਿੱਤੀ ਸੀ ਨਾ ਕੋਈ ਅਕਾਊਂਟੇਬਿਲਿਟੀ ਸੀ ਨਾ ਹੀ ਕੋਈ ਕਿਸੇ ਸਵਾਲ ਪੁੱਛਿਆ ਪਿਛਲੇ 2 ਸਾਲਾਂ 'ਚ ਟਾਈਮ ਬਾਊਂਡ ਵਿਜ਼ਨ ਆ ਤੁਹਾਡੇ ਹੱਥ 'ਚ ਪੜ੍ਹਾਈ ਹੈ ਹਲੇ ਇਹਦੀ ਪ੍ਰੋਗਰੈਸ ਰਿਪੋਰਟ ਮੈਂ ਲਈ ਇਹ ਉਹ ਡਿਪਾਰਟਮੈਂਟ ਹੈ ਜਿਹਦੇ ਕੋਲ ਪੰਜੀ ਨਹੀਂ ਸੀ ਹੁੰਦੀ ਵਿਕਾਸ ਦੇ ਲਈ ਅੱਜ ਜਿੰਨੇ 5-6 ਹਜ਼ਾਰ ਕਰੋੜ ਰੁਪਏ ਦੇ ਕੰਮ ਲਾਉਂਸ ਹੁੰਦੇ ਆ ਨਾ ਉਹ ਸਾਰੇ ਇਸ ਡਿਪਾਰਟਮੈਂਟ ਚਾਹੇ ਉਹ ਅੰਮ੍ਰਿਤ ਦੇ ਚਾਹੇ ਉਹ ਪਾਣੀ ਦੇ ਪੀਣ ਵਾਲੇ ਪਾਣੀ ਦੇ ਚਾਹੇ ਉਹ ਸਮਾਰਟ ਸਿਟੀਜ਼ ਦੇ ਪਿਛਲੀ ਸਰਕਾਰ 'ਚ ਇਹ ਵੇਖ ਲਓ ਕਿ 2 ਸਾਲਾਂ 'ਚ ਅੰਮ੍ਰਿਤ ਦਾ ਕਿਸੇ ਨੇ 50 ਪਾਈ ਹੋਵੇ ਜੇ ਤੁਸੀਂ 30 ਪੈਸੇ ਪਾਉਂਦੇ ਹੋ ਤਾਂ 70 ਪੈਸੇ ਦਿੰਦੀ ਹੈ ਸੈਂਟਰ ਦੀ ਸਰਕਾਰ ਤੁਸੀਂ 50 ਪਾਉਂਦੇ ਹੋ ਤਾਂ ਰੁਪਈਆ ਦਿੰਦੀ ਹੈ ਤੁਸੀਂ 50 ਕਰੋੜ ਦਿੰਦੇ ਹੋ ਤਾਂ ਉਹ 50 ਕਰੋੜ ਉਹ ਦਿੰਦੇ ਆ ਠੀਕ ਹੈ ਜੇ ਇੱਕ ਪ੍ਰੋਜੈਕਟ ਹਿੱਲਿਆ ਵੀ ਹੋਵੇ ਤਾਂ ਮੇਰਾ ਨਾਮ ਤਾਂ ਦਿਓ ਚਲੋ ਅੰਮ੍ਰਿਤ ਦੇ ਵਿੱਚ 16 ਸ਼ਹਿਰ ਜਿਹਦੇ 'ਚ ਲੱਖ ਤੋਂ ਉੱਤੇ ਆਬਾਦੀ ਹੈ ਕਿਹਦੀ ਲੱਖ ਹੈ ਕਿਹਦੀ 3 ਲੱਖ ਹੈ ਕਿਹਦੀ 5 ਲੱਖ ਹੈ ਕਿਹਦੀ 6 ਲੱਖ ਹੈ ਕਿਹਦੀ 7 ਲੱਖ ਹੈ ਠੀਕ ਹੈ ਅੱਧੇ ਪੰਜਾਬ ਤੋਂ ਉੱਤੇ ਆ ਉਹ 4 ਕਾਰਪੋਰੇਸ਼ਨਾਂ ਨੂੰ ਮਿਲਾ ਕੇ 70% ਪੰਜਾਬ ਹੈ ਅਨਲਿਮਿਟਡ ਫੰਡਸ ਨੇ ਅਨਾਊਂਸ ਕੀਤੇ ਹੋਏ ਨੇ ਲੱਗਣਗੇ ਕੋਈ ਇਹ ਥੋੜ੍ਹਾ ਨਾ ਸੀਗਾ ਵੀ ਮੇਰੇ ਕੋਲ ਕੋਈ ਜਾਦੂ ਹੀ ਛੜੀ ਸੀ ਪਹਿਲੇ ਸਾਲ ਮੈਨੂੰ ਸੀ ਐਮ ਸਾਹਿਬ ਨੇ ਕਿਹਾ ਸੀ ਵੀ ਤੈਨੂੰ ਗ੍ਰਾਂਟ ਮਿਲੂਗੀ ਮੈਂ ਕਿਹਾ ਜੀ ਇਹ ਇੰਨਾ ਪਹਿਲਾਂ ਸਾਨੂੰ ਇਕੱਠਾ ਆਉਂਦਾ ਸੀ ਕਹਿੰਦੇ ਉਹਨਾਂ ਦਿੱਤਾ ਜਾਊਗਾ ਮੈਂ ਕਿਹਾ ਠੀਕ ਹੈ ਜੀ ਕੋਈ ਚੱਕਰ ਨਹੀਂ ਉਹਦੇ ਨਾਲ ਤਨਖਾਹਾਂ ਹੀ ਦਿੱਤੀਆਂ ਜਾਂਦੀਆਂ ਸੀ ਅੱਜ ਡਿਵੈਲਪਮੈਂਟ ਦੇ ਲਈ ਸਾਰੇ ਪਾਸੋਂ ਪੈਸੇ ਹਰ ਪਾਸਿਓਂ ਪੈਸੇ ਨੇ ਸੀਵਰੇਜ ਲੈ ਲਓ ਵਾਟਰ ਸਪਲਾਈ ਲੈ ਲਓ ਪੀਣ ਦਾ ਪਾਣੀ ਸ਼ਹਿਰੀ ਪੀਣ ਦਾ ਪਾਣੀ ਸਾਰੀਆਂ ਕਲੀਅਰੈਂਸਿਸ ਇੱਕ ਚੀਜ਼ ਫਾਇਰ ਦਾ ਕਿਸੇ ਨੇ ਮਤਲਬ 90 ਕਰੋੜ 'ਚੋਂ 5 ਪੈਸੇ ਨਹੀਂ ਸੀ ਖਰਚੇ ਪੈਸੇ ਨਹੀਂ ਸੀ ਖਰਚੇ ਜਿੰਨੇ ਸੀ ਉਹ ਖਰਚ ਕੇ ਪ੍ਰੋਪਰ ਤਰੀਕੇ ਨਾਲ ਉਹਦਾ ਫਾਇਰ ਡਾਇਰੈਕਟੋਰੇਟ ਬਣਾਇਆ ਐਡਵਰਟਾਈਜ਼ਮੈਂਟ ਦੀ ਪੋਲਿਸੀ ਇਹ ਸੀ ਕਿ ਸਾਰਾ ਪੰਜਾਬ 164 ਸ਼ਹਿਰ 18 ਕਰੋੜ ਰੁਪਈਆ ਕਮਾਉਂਦੇ ਸੀ ਅਤੇ ਇਕੱਲਾ ਲੁਧਿਆਣਾ ਅੱਜ 34 ਕਰੋੜ ਹੈ ਇਕੱਲਾ ਲੁਧਿਆਣਾ ਬਾਕੀ ਸ਼ਹਿਰਾਂ ਦੇ ਟੈਂਡਰ ਹੋ ਰਹੇ ਨੇ 34 ਕਰੋੜ ਇਕੱਲਾ ਲੁਧਿਆਣਾ ਸਮਝ ਨਹੀਂ ਅਤੇ ਅੱਜ ਇੱਕ ਇੱਕ ਚੀਜ਼ ਦੀ ਵਿਜ਼ਨ ਹੈ ਮੈਂ ਤੁਹਾਡੇ ਹੱਥ ਦੇ ਵਿੱਚ ਦੇ ਦਿੱਤੀ ਹੈ ਜਦੋਂ ਮੈਂ ਆਇਆ ਸੀ ਤਾਂ ਇੱਕ STP ਨਹੀਂ ਸੀ ਚੱਲਦਾ ਜਿਹੜੇ STP ਸੀ ਚੱਲਦੇ ਸੀ ਸੀਵਰੇਜ ਟ੍ਰੀਟਮੈਂਟ ਪਲਾਂਟ ਉਹ ਇੱਕ ਸੀਚੇਵਾਲ ਸਾਹਿਬ ਦਾ ਸੀ ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸੀ ਅਤੇ ਇੱਕ ਨੰਗਲ ਚੱਲਦਾ ਸੀ ਸਰਕਾਰੀ ਇੱਕ ਨਹੀਂ ਸੀ ਚੱਲਦਾ ਅੱਜ ਦੇਖ ਲਓ ਕਿੰਨੇ ਚੱਲਦੇ ਔਰ ਹੌਲੀ ਹੌਲੀ ਸਾਰੇ A to 1 ਸਾਰੇ ਚਲਾ ਦੂੰਗਾ ਅੰਮ੍ਰਿਤ ਦੇ ਵਿੱਚ ਅਨਲਿਮਿਟਡ ਫੰਡਸ ਸੀਵਰੇਜ ਦੇ ਵਿੱਚ ਕਰੀਬ 1700 ਕਰੋੜ ਰੁਪਈਆ ਇੱਕ ਇੱਕ ਚੀਜ਼ ਮੇਰੇ ਵਿਜ਼ਨ ਦੀ 3000 ਕਰੋੜ ਰੁਪਈਆ CM ਸਾਹਿਬ ਦਾ ਸੋਮਾ ਜੀ ਇੱਕ ਪੈਸਾ ਲਿਆ ਕੇ ਅੱਜ ਉਹਦੀ ਫੰਡਿੰਗ ਪੂਰੀ ਤਿਆਰ ਖੜੀ ਹੈ ਔਰ ਉਹ ਪਾਈਪਾਂ ਜੁੜਨ ਨੂੰ ਤਿਆਰ ਖੜੀਆਂ ਨੇ ਕੋਈ 30 ਸਾਲ ਦੀਆਂ ਕੁਰੀਤੀਆਂ ਇੰਨੀ ਛੇਤੀ ਦੂਰ ਕਰ ਦੂਗਾ ਅਤੇ ਜੇ ਇਹ ਵਿਜ਼ਨ ਸੀਗੀ ਮੈਂ ਕਿਸੇ 'ਤੇ ਉਂਗਲ ਨਹੀਂ ਚੁੱਕੀ ਨਾ ਮੈਂ ਕਿਸੇ 'ਤੇ ਉਂਗਲ ਚੱਕਦਾ ਸਮਝ ਨਹੀਂ ਅਤੇ ਮੈਨੂੰ ਐਂ ਦੱਸ ਦਿਓ ਵੀ ਜਿਹੜੇ ਇਹ ਸਾਰੇ ਸ਼ਹਿਰ ਨੇ ਟੋਟਲ ਇਹਨਾਂ ਦੇ ਵਿੱਚੋਂ 8 ਜਿਹੜੇ ਜਿੱਤੇ ਆ ਉੱਥੇ ਸ਼ਹਿਰ ਨਹੀਂ ਗਏ ਅੰਮ੍ਰਿਤਸਰ 'ਚ ਸ਼ਹਿਰ ਨਹੀਂ ਹਾਂਜੀ ਇਹ ਅੰਮ੍ਰਿਤ ਟਾਊਨ ਵਾਲੇ ਸ਼ਹਿਰ ਨਹੀਂ ਪਟਿਆਲਾ ਸ਼ਹਿਰ ਨਹੀਂ ਹਾਂਜੀ ਲੁਧਿਆਣਾ ਸ਼ਹਿਰ ਨਹੀਂ ਜਿੱਥੇ ਅਨਾਊਂਸਮੈਂਟਾਂ ਹੋਈਆਂ ਨੇ ਉਹੀ ਰਿਜ਼ਲਟ ਹੈ ਪਹਿਲਾਂ 65% ਸੀ ਅੱਜ 63% ਹੈ ਸਮਝਿਆ ਨਹੀਂ ਲੇਕਿਨ ਕਿਉਂਕਿ ਇਸ ਕੁਲੈਕਟਿਵ ਰਿਸਪੋਂਸੀਬਿਲਿਟੀ 'ਚੋਂ ਮੈਨੂੰ ਕੱਢਿਆ ਗਿਆ ਇਸ ਕਰਕੇ ਮੈਂ ਜਵਾਬ ਆਪਣੇ ਡਿਪਾਰਟਮੈਂਟ ਦੀ ਵਰਕਿੰਗ ਦਾ ਦੇਣਾ ਹੀ ਦੇਣਾ ਜੀ ਗੱਲ ਇਕੱਲਾ ਮੈਂ ਨਹੀਂ ਮੇਰੇ ਡਿਪਾਰਟਮੈਂਟ 'ਚ ਮੇਅਰ ਬਣਾਏ ਗਏ ਨੇ ਮੈਨੂੰ ਕਦੇ ਪੁੱਛਿਆ ਵੀ ਨਹੀਂ ਔਰ ਉਹ ਮੇਅਰ CM ਸਾਹਿਬ ਨੇ ਬਣਾਏ ਜੀ ਸਦਕੇ ਮਾਂ ਬਦੌਲਤ ਨੇ ਜੋ ਕਰਨ ਅਸੀਂ ਤਾਂ ਕਦੇ ਕੁਐਸਚਨ ਕਰ ਹੀ ਨਹੀਂ ਸਕਦੇ ਅਸੀਂ ਤਾਂ ਉਹਨਾਂ ਦੀ ਗੱਲ ਮੰਨਣੀ ਹੁੰਦੀ ਹੈ ਉਹ ਮੇਅਰ ਉਹਨਾਂ ਦੇ ਨੇ ਹਰ ਅਫਸਰ ਜਿਹੜਾ ਅਪੁਆਇੰਟ ਹੁੰਦਾ IAS ਉਹਨਾਂ ਦਾ ਠੀਕ ਹੈ ਕਿ ਨਹੀਂ ਜਿਹੜੀ ਮਰਜ਼ੀ ਜਦੋਂ ਮਰਜ਼ੀ ਫਾਈਲ ਬੁਲਾ ਕੇ ਮੈਨੂੰ ਪੁੱਛ ਸਕਦੇ ਸੀ ਮੈਂ ਉਹਨਾਂ ਨੂੰ ਉਦੋਂ ਵੀ ਜਵਾਬ ਦਿੰਦਾ ਅਤੇ ਮੈਂ ਉਹਨਾਂ ਨੂੰ ਅੱਜ ਵੀ ਜਵਾਬ ਦਿੰਦਾ ਗੱਲ ਨੂੰ ਸਾਡੀ ਇਹਦੇ ਤੱਕ ਮਤਲਬ ਓਪਨ ਟ੍ਰਾਂਸਪੇਰੈਂਟ ਆ ਮੇਰਾ ਕੋਈ ਇਹੋ ਜਿਹੀ ਚੀਜ਼ ਨਹੀਂ ਇਹਦੇ 'ਚ ਚਾਹੇ ਉਹ ਫਾਇਰ ਹੈ ਚਾਹੇ ਉਹ STP ਨੇ ਚਾਹੇ ਉਹ ਪੀਣ ਦਾ ਪਾਣੀ ਜਿਹੜਾ ਨਹਿਰੀ ਪਾਣੀ ਹੈ ਉਹਦੀ ਸੁਵਿਧਾ ਹੈ ਲੇਕਿਨ ਅੱਜ ਸਾਡੇ ਕੋਲ ਉਸ ਕਗਾਰ 'ਤੇ ਆ ਕਿ ਸਾਡੇ ਕੋਲ ਸਰਪਲਸ ਫੰਡ ਆ ਆਫਟਰ 65 ਪਹਿਲਾਂ 66% ਰਿਜ਼ਲਟ ਸੀ ਅੱਜ 62% ਰਿਜ਼ਲਟ ਹੈ ਅਤੇ ਆਉਣ ਵਾਲਾ ਜਿਹੜਾ 3 ਸਾਲਾਂ ਦੇ ਵਿੱਚ ਇਹ ਪੈਸੇ ਜ਼ਮੀਨ ਦੇ ਉੱਤੇ ਲਵਾਉਣੇ ਇਹ ਸਾਰਿਆਂ ਦਾ ਮਿਲ ਜੁਲ ਕੇ ਕੰਮ ਹੈ
मैं तो कदे किसी ते उंगल चुकी नहीं, मैं तो जदों बिल्डिंगा भी रोकण गया तो मेरा विरोध किने कीता, मैं तो उदों भी कुछ नहीं बोलिया, मैं तो उदों भी किसी नूं कुछ नहीं कहा। नहीं मैं तो इन्नी गल कहना कि सरकार दे जिहड़े पैसे ने सरकारी खजाने जाने चाहिए, और इस गल ते मैं अज भी खड़ा, अफसरां नूं जवाबदेही बनाउण दे विच भी मैं अज भी खड़ा। मैनूं इह दस देण कंपैरिजन दे विच भी इह जी विजन किसे होर दी होवे, इस तरह किसे होर ने कम कीता होवे, इस तरह पारदर्शिता दे नाल ट्रांसपेरेंसी दे नाल किसे ने कम कीता होवे। एक चीज़ नहीं है, एक मतलब इहदे च सारियां चीज़ां दा टोटल प्लैन। अज यह 10% गल ही करनी है, वो जो निर्णय लेना चाहन उन्हां दी मर्जी, इस तो वध कुछ नहीं कहना। यह तुसी असैस कर लियो, डिवेलपमेंट रिपोर्ट फिर मैं जारी कर दूंगा अपने डिपार्टमेंट की। मैनू यह दस देना भी इस डिपार्टमेंट च 25 सी, 16 अमृत के शहरों के लिए 25 सी, स्मार्ट सिटिया 25 सी, जड़ा पीण दा पानी, जड़ा पीण दा पानी जड़ा अज सारियां क्लीयरेंसेस हो गई, जड़ा नहरां दा अज असी शहरां नूं देण लगे हाँ, वो कित्थों आया? जिथे 25 पैसे पैने सी सिद्धू ने 25 पैसे पाए, जिथे 30 पैसे पैने सी उत्थे 30 पाए, वर्ल्ड बैंक तो लैके एक एक चीज़ नाल लिया के खड़ी की। लेकिन मैं तो कदे किसी ते उंगल चुकी नहीं, ना मैं कदे शिकायत की, ना ही मेरी फितरत है। चलो जो कोई उन्हां नूं ये लगता है यह जी गल है तो वो उन्हां दी मर्जी है, महाबदौलत ने। होर कोई सवाल करना हो? सब तो पहली गल ये है कि तुसीं अपने डिपार्टमेंट दी गल कीती, जे तुहाडे ही डिपार्टमेंट नूं, क्योंकि बाकी भी तो शहरां विच बाकी भी डिपार्टमेंट है। मैं कहा 50 डिपार्टमेंट ने, प्रेस कॉन्फ्रेंस करके ही गल कीती भाई। मैं ये कोई नवां तो नहीं है, ये अज पहली बार होया, मैनूं ऐ दसना ये कोई पहली बार होया। ठीक है, जदों करतारपुर साहब वाला कोरीडोर होया उदों होया, उही बंदे उस तरह ही बोलते हैं। ठीक है, मेरे भरा ने, मैं तो कदे नहीं बोलिया, मैं तो कदे अज तक दस दिओ भी मैं कांग्रेस के किसी एक वर्कर के खिलाफ भी बोलिया हुआ, मैं तो गालां भी कढ़ाई जाए भाई। मेरी गल नूं सुनो ना, ये वो जवाब दे सकते हैं ना। मैनूं एक गल दसो, उही ने 6-7 बंदे, ठीक है, और हमेशा तो उही चलिया आंदा। मैं बोलिया कदे? मैं उन्होंने बारे बोलिया, किसी के बारे बोलिया, कांग्रेस के किसी भी वर्कर के बारे बोलिया? मैं मेरी एक गल सुनो, मैं एक गल उदों जिहड़ी गल कही है उहदे च मैनूं एक गल दस्सो, किसे दा नां लिया? मैं कहा भाई जिहड़े कांग्रेस की पिट्ठ छुरा फूंकदे है उन्होंने ठोक दिओ, की गलत है भाई? मैं किसे दा नां लिया, किहनूं कहा? ते जे किसे नूं मैं कहना, जे मैं अपने किसी भी स्टैंड तो एक इंच पिछे होवां तो फिर मैं नवजोत सिंह सिद्धू, मेरी गल सुनो ना, की कहा? मैनूं समझा दिओ भी भाई किसे दा नां लिया, किसे दा नां लैके कहा? हज़ार बंदिया ने कहा होना। नहीं मेरी गल सुनो, मैं जो मैं गल कही है तुसी मैनूं ये दस दिओ भी किसे दा नां लिया होवे, या किसे नूं मैं किसे नूं नाम लैके कहा होवे। जो मैं पहला कहता रहा उही मैं हुण कहा, कि पहला मैं नहीं कहा, या तो यह कह दिओ कि पहला मैं कदे ये गल्लां नहीं कीतियां। मैं पहला भी यही गल्लां कीतियां, हमेशा ही गल्लां यह कीतियां, कित्थे नहीं कीतियां। देखो ये गल, देखो ये गल सुनो, मेरी गल सुनो, पार्टी का विषय है, बड़िया का विषय है, नहीं नहीं मैं बिल्कुल नहीं सीनियर, मैं कद कहा भी मैं सीनियर हाँ? मैं तो कद नहीं कहा, ये तो ये उन्होंने उत्ते है, शतरंज की बिसात बिछी हो प्यादा अपनी औकात भुल जाए काका कुछ ले जाता। चालीस साल बठिंडा कद जितया? दस तू दस दे, तुम चालीस ठहर ना यार, तू ठहर ठहर, 40 साल बठिंडा कद जितया? बादल सामने होने और 40 साल बठिंडा कद जितया? कैप्टन साहब भी लड़े, ऐतकी सब तो घट लीड आई 19-20 हज़ार के उत्ते, कैप्टन साहब लंबी तो लड़े 25 हज़ार से हरे, कल एक हल्के चो कैप्टन साहब का मुंडा लड़िया 1,20,000 से हरिया, इस कला नवजोत सिद्धू जिम्मेवार हो गया? तो नवजोत सिंह सिद्धू की गल का असर होर सीटा तो नहीं गया, तो फिर वो 8 किवें जित गई? तो जदों मैं पिछली बार आया सी, जदों पिछली बार आया सी घरों लैके आए सी, मैं तो उदों भी अपनी वाइफ में भेजे से, मैं तो आंदा ही नहीं है। 70 गेड़े प्रशांत किशोर ने मारे, इन्होंने कहा यू विल बी लाइक माई सन,
ਇਹ ਤਾਂ ਇਹਨਾਂ ਨੂੰ ਪਤਾ ਹੋਣਾ ਵੀ ਮੈਂ ਸਨ ਹਾਂ ਜਾਂ ਨਹੀਂ ਹਾਂ, ਤੇ ਮੇਰੇ ਤਾਂ ਵੱਡੇ, ਮੈਂ ਤਾਂ ਕਦੇ ਉਹਨਾਂ ਦੇ ਖਿਲਾਫ਼ ਕਦੇ ਇੱਕ ਸ਼ਬਦ ਬੋਲਿਆ ਹੋਵੇ ਤਾਂ ਮੈਨੂੰ ਦੱਸੋ, ਠੀਕ ਹੈ ਕਿ ਨਹੀਂ? ਚਲੋ ਇਹ ਤਾਂ ਉਹ ਜਾਣ, ਠੀਕ ਹੈ। ਉਦੋਂ 63 ਸੀਟਾਂ, ਉਦੋਂ ਮੈਂ 55 ਸੀਟਾਂ 'ਤੇ ਗਿਆ ਸੀ ਅਤੇ 53 ਜਿੱਤੀਆਂ ਸੀ, 3 ਸਟੇਟਾਂ 'ਚ ਗਿਆ ਸੀ, 85% ਰਿਜ਼ਲਟ ਸੀ, ਉਦੋਂ ਕੋਈ ਬੋਲਿਆ ਨਹੀਂ। ਪੁਰਾਣੀਆਂ ਗੱਲਾਂ ਨੇ ਉਹ, ਉਸ ਤੋਂ ਬਾਅਦ ਤਾਂ ਆਹ ਜਿੱਤ ਚੁੱਕੇ ਆ। ਹਾਂਜੀ, ਨਹੀਂ ਮੇਰੀ ਗੱਲ ਸੁਣ ਲੈਣਾ ਛੋਟੇ। ਜਾਰੀ ਕੀਤਾ ਸੀ ਕਿ ਜਿਹੜੇ ਮੰਤਰੀ ਉਹਨਾਂ ਹਲਕਾ ਹਾਰਨਗੇ ਉਹਨਾਂ ਨੂੰ ਕੈਬਨਿਟ ਡ੍ਰੌਪ ਕੀਤਾ ਜਾਏਗਾ, ਉਹਨਾਂ ਦੀ ਕੋਈ ਗੱਲ ਨਹੀਂ ਹੋ ਰਹੀ, ਜਿਹੜੇ ਐਮਐਲਏ ਲੂਜ਼ ਕਰਨਗੇ ਉਹਨਾਂ ਨੂੰ ਹੀ ਟਿਕਟ। ਦੇਖੋ, ਜੇ ਸੀਐਮ ਸਾਹਿਬ ਨੇ ਇਹ ਕਿਹਾ ਸੀ ਕਿ ਭਾਈ ਜਿਹੜੇ ਮੰਤਰੀ ਲੂਜ਼ ਕਰਨਗੇ, ਤੇ ਉਹਦੇ 'ਚ ਮੈਂ ਤਾਂ ਕਦੇ ਉਹਦੇ 'ਚ ਕੋਈ ਟਿੱਪਣੀ ਨਹੀਂ ਦਿੱਤੀ। ਮੇਰਾ ਹਲਕਾ 11,000 ਦੀ ਦਿੱਤੀ। ਭਾਈ ਇਹ ਸੀਐਮ ਸਾਹਿਬ ਆਪ ਦੱਸ ਸਕਦੇ ਆ, ਮੇਰੇ ਵੱਡੇ ਨੇ, ਜੋ ਉਹਨਾਂ ਦਾ ਫੈਸਲਾ ਉਹਨਾਂ ਨਾਲ ਖੜਾਂਗੇ। ਨਹੀਂ, ਮੇਰੇ ਬਿਨਾਂ ਪੁੱਛੇ ਦੀ ਗੱਲ ਨਹੀਂ, ਉਹਨਾਂ ਨੇ ਸੋਚਿਆ ਵੀ ਇਹਨੂੰ ਪੁੱਛਣ ਦੀ ਲੋੜ ਨਹੀਂ, ਗੱਲ ਠੀਕ ਹੈ। ਭਾਈ ਮੇਰੀ ਗੱਲ ਨੂੰ ਸੁਣੋ, ਮੈਂ ਤਾਂ ਕਿਹਾ ਕਿ ਇਕੱਲਾ ਮੈਂ ਹੀ ਹਾਂ ਇਹਨਾਂ ਪੰਜਾਹ ਇਹਨਾਂ ਸ਼ਹਿਰਾਂ ਦੇ ਵਿੱਚ, ਇਹਨਾਂ ਥਾਵਾਂ ਦੇ ਉੱਤੇ 50 ਡਿਪਾਰਟਮੈਂਟ ਹੋਰ ਹੈ ਹੀ ਨਹੀਂ। ਦੇਖੋ, ਕਲੈਕਟਿਵ ਰਿਸਪੋਂਸੀਬਿਲਟੀ 'ਚੋਂ ਇਕੱਲਾ ਸਿੱਧੂ ਬਾਹਰ ਕੱਢਿਆ ਜਾਂਦਾ, ਹਮੇਸ਼ਾ ਇਕੱਲੇ ਸਿੱਧੂ ਦੇ ਖਿਲਾਫ਼ ਹੀ ਬੋਲਿਆ ਜਾਂਦਾ। ਕਿਉਂ, ਇਹਦਾ ਜਵਾਬ ਮੈਂ ਨਹੀਂ ਦੇ ਸਕਦਾ, ਲੇਕਿਨ ਮੈਂ ਇਹਦਾ ਮਤਲਬ ਇਹ ਨਹੀਂ ਵੀ ਮੈਂ ਜਾ ਕੇ ਉਹੀ ਕੰਮ ਕਰੂੰਗਾ, ਬਿਲਕੁਲ ਨਹੀਂ। ਮੈਂ ਪਹਿਲਾਂ ਵੀ ਨਹੀਂ ਬੋਲਿਆ, ਅੱਜ ਵੀ ਨਹੀਂ ਬੋਲਦਾ। ਨਹੀਂ, ਜਵਾਬ ਮੈਂ ਆਪਣੇ ਡਿਪਾਰਟਮੈਂਟ ਦੀ ਕਾਰਗੁਜ਼ਾਰੀ ਦਾ ਜਵਾਬ ਮੈਂ ਪੰਜਾਬ ਨੂੰ ਜਵਾਬ ਦਈ ਹਾਂ। ਮੈਂ ਇਕੱਲਾ ਕੋਈ ਇਹ ਤਾਂ ਨਹੀਂ ਹੈ, ਮੈਂ ਇੱਕ ਗੱਲ ਸੁਣ, ਟਵਿੱਟਰ ਦੇ ਉੱਤੇ ਕਿਸੇ ਦਾ ਨਾਂ ਲਿਖਿਆ? ਟਵਿੱਟਰ ਦੇ ਉੱਤੇ ਮੈਂ 1,20,000,000 ਹਿੰਦੁਸਤਾਨੀਆਂ ਨੂੰ ਕਹਿੰਦਾ, ਹੈ ਕਿਸੇ ਕੋਲ 7,00,000 ਬੰਦੇ ਟਵਿੱਟਰ 'ਤੇ? ਮੈਂ 20 ਕ੍ਰਿਕਟ ਖੇਡੀ ਹੈ, 20 ਟੀ ਵੀ ਦੇ ਉੱਤੇ ਰਾਜ ਕੀਤਾ ਹੈ, ਹੈਂ 30 ਕਰੋੜ ਰੁਪਈਆ ਟੀ ਵੀ ਦੇ ਉੱਤੇ ਕਮਾਇਆ, ਅੱਜ ਪੰਜਾਬ ਲਈ ਖੜਾ ਅਤੇ ਖੜਾ ਸਾਰੀ ਉਮਰ ਖੜਾ, 1 ਇੰਚ ਨਹੀਂ ਜਾਂਦਾ। ਉਹ ਆਪਣਾ ਨਿਰਣੇ ਲੈਣ, ਮੈਂ ਤਾਂ ਉਹਨਾਂ ਨੂੰ ਵੱਡਾ ਮੰਨਦਾ ਹਮੇਸ਼ਾ ਹੀ, ਅਤੇ ਉਹਨਾਂ ਦਾ ਨਿਰਣੇ ਸਿਰ ਮੱਥੇ, ਅਤੇ ਅਗਲਾ ਉਹ ਬਾਕੀ ਜੋ ਕੁਝ ਡਿਸੀਜਨ ਹੈ ਫਿਰ ਭਾਈ ਮੈਂ ਵੀ ਲਊ। ਸਿੱਧੂ ਸਾਹਿਬ, ਤੁਹਾਡੀ ਕੈਪਟਨ ਸਾਹਿਬ ਨਾਲ ਇਸ ਤੋਂ ਬਾਅਦ ਕੋਈ ਫੋਨ 'ਤੇ, ਇਸ ਤੋਂ ਪਹਿਲਾਂ? ਨਹੀਂ, ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ। ਨਹੀਂ, ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ। ਡਿਪਾਰਟਮੈਂਟ ਬਦਲਿਆ ਜਾਂਦਾ ਤਾਂ ਤੁਹਾਡਾ ਨੈਕਸਟ ਸਟੈਪ ਕੀ ਹੋਵੇਗਾ? ਰਿਪੋਰਟ ਕਰੋਗੇ ਕਿ ਮੰਨੋਗੇ? ਇਹ ਹੁਣ ਤੂੰ ਸ਼ਬਦ ਪਾਏਗਾ ਮਿੱਤਰਾ ਮੇਰੇ ਮੂੰਹ 'ਚੋਂ। ਨਹੀਂ, ਦੇਖੋ ਭਾਈ, ਮੇਰੀ ਗੱਲ ਸੁਣ, ਜਿੰਨੀ ਗੱਲ ਮੈਂ ਕਰਨੀ ਸੀ ਮੈਂ ਨਹੀਂ ਕਰਤੀ, ਉਦੋਂ ਦੀ ਉਦੋਂ ਦੇਖਾਂ। ਭਾਈ, ਇਟ ਇਜ਼ ਅਪ ਟੂ ਹਿਮ। ਆਈ ਹੈਵ ਐਕਸਪਲੇਨਡ ਇਟ ਟੂ ਦ ਪੀਪਲ ਆਫ ਪੰਜਾਬ ਦੈਟ ਦਿਸ ਵਾਟ ਆਈਵ ਡਨ, ਵੈਦਰ ਇਟ ਇਜ਼ ਫਾਇਰ, ਵੈਦਰ ਇਟ ਇਜ਼ ਦੀ ਫਾਇਰ ਡਿਪਾਰਟਮੈਂਟ, ਵੈਦਰ ਇਟ ਇਜ਼ ਦੀ ਵਾਟਰ ਡਿਪਾਰਟਮੈਂਟ, ਵੈਦਰ ਇਟ ਇਜ਼ ਦ ਸੀਵੇਜ ਡਿਪਾਰਟਮੈਂਟ, ਵੈਦਰ ਇਟ ਇਜ਼ ਦੀ ਮਨੀਸ ਦੈਟ ਹੈਵ ਕਮ ਇਨ, ਰਾਈਟ, ਵੈਦਰ ਇਟ ਇਜ਼ ਅਮਰੁਤ, ਵੈਦਰ ਇਟ ਇਜ਼ ਦ ਸਮਾਰਟ ਸਿਟੀਜ਼। ਹਾਂ, ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਅੱਜ ਵੀ ਦੱਸ ਰਿਹਾ, ਇੱਕ ਚੀਜ਼ ਚੱਲਦੀ ਹੁੰਦੀ, ਇੱਕ ਚੀਜ਼ ਇਸ ਡਿਪਾਰਟਮੈਂਟ 'ਚ, ਸਮਾਰਟ ਸਿਟੀ ਨੂੰ 150 ਕਰੋੜ ਆਇਆ ਸੀ, 5 ਪੈਸੇ ਨਹੀਂ ਪਏ ਆਪਦੇ ਅੰਮ੍ਰਿਤ ਦੇ ਵਿੱਚੋਂ, ਇੱਕ ਸਕੀਮ ਨਹੀਂ ਚੱਲੀ, ਰਾਈਟ, ਸਮਾਰਟ ਸਿਟੀਜ਼ ਤੋਂ ਲੈ ਕੇ ਥੱਲੇ ਤੱਕ ਸੀਵਰੇਜ, ਠੀਕ ਹੈ। ਮੈਂ ਤਾਂ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ, ਨਿਰਣੇ ਉਹਨਾਂ ਦੇ ਨੇ, ਮੈਨੂੰ ਪਹਿਲਾਂ ਕਹਿ ਦਿੰਦੇ ਮੈਂ ਪਹਿਲਾਂ ਜਵਾਬ ਦੇ ਦਿੰਦਾ। ਅੱਜ ਉਹਨਾਂ ਨੇ ਇਕੱਲੇ ਨੂੰ, ਮਤਲਬ 60 ਡਿਪਾਰਟਮੈਂਟ 50 ਡਿਪਾਰਟਮੈਂਟਾਂ 'ਚੋਂ ਇਕੱਲੇ ਨੂੰ ਕੱਢਿਆ, ਅਤੇ ਮੈਂ ਆਪਣੇ ਡਿਪਾਰਟਮੈਂਟ ਦੀ ਵਿਜ਼ਨ ਅੱਗੇ ਕਰਾਂਗੇ ਨਿਰਣੇ ਉਹਨਾਂ ਭਾਈ। ਇਹ ਤਾਂ ਉਹ ਜਵਾਬ ਦੇ ਸਕਦੇ, ਮੈਂ ਕਿਉਂ ਜਵਾਬ ਦੇਵਾਂ? ਦੇਖੋ ਭਾਈ, ਸਿੱਧੂ ਇਜ਼ ਸਮਵਨ ਹੂ ਇਜ਼ ਪਲੇਡ ਆਲਮੋਸਟ 20 ਈਅਰਸ ਆਫ ਇੰਟਰਨੈਸ਼ਨਲ ਕ੍ਰਿਕਟ, ਰਾਈਟ, ਦੈਟ ਇਜ਼ ਹੂ ਸਿੱਧੂ ਇਜ਼, ਨੰਬਰ 1। ਨੰਬਰ 2, ਸਿੱਧੂ ਇਜ਼ ਸਮਵਨ ਹੂਜ਼ ਐਕਚੁਅਲੀ ਡਨ ਆਲਮੋਸਟ 20 ਈਅਰਸ ਆਫ ਟੈਲੀਵਿਜ਼ਨ, ਇਨਿਊਮਰੇਬਲ ਮੋਟੀਵੇਸ਼ਨਲ ਸ਼ੋਅਸ, ਹੀ ਇਜ਼ ਅ 4-time MP ਐਂਡ ਇਜ਼ ਅ ਮਿਨਿਸਟਰ ਇਨ ਦੀ ਪੰਜਾਬ ਗਵਰਨਮੈਂਟ, ਦੈਟ ਇਜ਼ ਹੂ ਸਿੱਧੂ ਇਜ਼।